ਪਿਆਰੇ ਖਾਲਸਾ ਜੀ, ਪਰਸਪਰ ਹਮਦਰਦੀ ਦੇ ਅਸੂਲ ਨੂੰ ਸਮਝ ਕੇ ਅਧਿਕਾਰੀ ਭਰਾਵਾਂ ਨਾਲ ਰਲ ਵਰਤੋ, ਭੇਖ ਤੋਂ ਬਚੋ, ਭਰਮ ਨਾ ਕਰੋ, ਨਾ ਭਰਮ ਵਿੱਚ ਪਵੋ। ਯਥਾ ਗੁਰੂ ਜੀ ਦੇ ਨਿਜ ਕਵੀ ਸੈਨਾਪਤ ਨੇ ਗੁਰਸ਼ੋਭਾ ਵਿੱਚ ਲਿਖਿਆ ਹੈ, ਖਾਲਸਾ ਖਾਸ ਕਹਾਵੇ ਸੋਈ, ਜਾਂ ਕਹਿ ਹਿਰਦੈ ਭਰਮ ਨਾ ਹੋਈ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਦੂਜੇ ਪਾਸੇ ਅੱਜ ਕੱਲ੍ਹ ਸਤਸੰਗ ਤੋਂ ਨਫ਼ਰਤ ਅਤੇ ਆਪੇ ਤੀਸ ਮਾਰ ਖਾਂ ਬਣ ਬੈਠਣ ਦੀ ਆਕੜ ਆ ਰਹੀ ਹੈ। ਨਾਮ ਰਸੀਏ ਕਰਨੀ ਵਾਲੇ ਕਣੀ ਵਾਲੇ ਦੀ ਕਦਰ ਨਹੀਂ, ਖੋਟੇ ਕਰਮੀ ਅਤੇ ਉੱਚੀ ਕਰਨੀ ਵਾਲੇ ਨੂੰ ਇੱਕ ਬਰਾਬਰ ਸਮਝਣੇ ਦੀ ਭੁੱਲ ਵਾਪਰ ਰਹੀ ਹੈ। ਸ਼ੁੱਭ ਸੰਗਤ ਦੀ ਢੂੰਡ ਨਹੀਂ, ਇਹਨਾਂ ਭੁੱਲਾਂ ਨਾਲ ਸਿੱਖੀ ਜੀਵਨ ਘਟ ਰਿਹਾ ਹੈ ਅਤੇ ਪੰਥ ਦੀ ਰੂਹਾਨੀਅਤ ਤਬਾਹ ਹੋ ਰਹੀ ਹੈ। ਦੂਜੇ ਪਾਸੇ ਮਾਮੂਲੀ ਜੀਵ ਥੋੜ੍ਹੀ ਘਾਲ ਜਾਂ ਸਮਝ ਦੇ ਮਗਰੋਂ ਦਸਾਂ ਪਾਤਸ਼ਾਹੀਆਂ ਦੀ ਤੁਲਤਾ ਦਾ ਦਾਅਵਾ ਕਰਦੇ ਹਨ, ਗੁਰੂ ਸਾਹਿਬ ਤੋਂ ਦੂਰੀ 'ਤੇ ਲੈ ਜਾਂਦੇ ਹਨ। ਐਸੇ ਭੇਖਧਾਰੀਆਂ ਅਤੇ ਪਾਜ ਵਾਲਿਆਂ ਤੋਂ ਬਚਣਾ ਲੋੜੀਏ। ਗੁਰਮੁਖ ਦਾ ਮੇਲ, ਸਾਧ ਦਾ ਸੰਗ ਸਦਾ ਚੰਗਾ ਹੈ, ਸਦਾ ਮੰਗੋ। ਫਾਤਮਾ ਹੁਣ ਕ੍ਰਿਤ ਕ੍ਰਿਤ ਹੋ ਗਈ, ਦਿਨ ਹੁਣ ਚੜ੍ਹਨੇ ਵਾਲਾ ਸੀ, ਇਸ ਕਰਕੇ ਫਾਤਮਾ ਦਾ ਘਰ ਵਿੱਚ ਸਭ ਦੇ ਜਾਗਣ ਤੋਂ ਪਹਿਲਾਂ ਵੜ ਜਾਣਾ ਜ਼ਰੂਰੀ ਸੀ। ਸੋ ਹੁਣ ਉੱਠੀ, ਕੈਸੇ ਆਨੰਦ ਨੂੰ ਅਨੁਭਵ ਕਰ ਰਹੀ ਸੀ, ਔਰ ਉਸ ਤੋਂ ਕੈਸਾ ਸ਼ੁਕਰ ਦਾ ਸੋਮਾ ਫੁੱਟਿਆ ਹੈ। ਨੇਤਰ ਜਲ ਨਾਲ ਭਰ ਗਏ, ਸਰੀਰ ਪਰ ਲੂੰ ਖੜ੍ਹੇ ਹੋ ਗਏ, ਔਰ ਬੇਵਸੇ ਹੋ ਕੇ ਸਤਵੰਤ ਕੌਰ ਦੇ ਚਰਨਾਂ ਪਰ ਡਿੱਗ ਪਈ। ਸਤਵੰਤ ਨੇ ਬੜੀ ਛੇਤੀ ਚੁੱਕਿਆ ਔਰ ਗਲਵੱਕੜੀ ਪਾ ਕੇ ਕਿਹਾ, ਬੀਬੀ, ਤੂੰ ਜੋ ਮੇਰੀ ਸੱਜਣ ਹੈ ਤਾਂ ਸੱਜਣ ਲਈ ਸੱਜਣ ਦੀ ਰੁਚੀ ਤੋਂ ਓਪਰਾ ਕੰਮ ਨਹੀਂ ਕਰੀਦਾ। ਤਗੜੀ ਹੋ, ਨਾਮ ਜਪ ਕਰਨੀ ਪ੍ਰਵਾਨ, ਕਰਨੀ ਪ੍ਰਵਾਨ। ਇਹ ਸੁਣ ਕੇ ਫਾਤਮਾ ਨੇ ਹੋਰ ਵੀ ਨੀਵੀਂ ਹੋ ਕੇ ਮਾਫ਼ੀ ਮੰਗੀ ਅਤੇ ਕਿਹਾ ਕਿ ਪਿਆਰ ਅਤੇ ਸ਼ੁਕਰ ਦੇ ਵਲਵਲੇ ਕਈ ਬੇਅਦਬੀਆਂ ਕਰਾ ਦਿੰਦੇ ਹਨ। ਸੱਜਣੀ, ਦਿਲ ਦੀਆਂ ਲੱਗੀਆਂ ਦੇ ਮਾਮਲੇ ਨਿਆਰੇ ਜੋ ਹੋਏ। ਕੁਝ ਚਿਰ ਮਗਰੋਂ ਫਾਤਮਾ ਤਾਂ ਚਲੀ ਗਈ ਅਤੇ ਸਤਵੰਤ ਕੌਰ ਹੁਣ ਤੁਰਨ ਦੇ ਆਰ ਸੋਚਣ ਲੱਗੀ। ਇਸ ਵੇਲੇ ਉਸ ਨੂੰ ਕੁਝ ਕੁ ਮੋਹ ਫਾਤਮਾ ਦਾ ਫੁਰ ਪਿਆ। ਤਦ ਆਪਣੇ ਮਨ ਨੂੰ ਸਮਝਾਉਣ ਲੱਗੀ, ਹੇ ਮਨ, ਇਹ ਮੋਹ ਹਾਨੀ ਦਾ ਮੂਲ ਹੈ। ਇਸੇ ਪਰ ਕਬੀਰ ਜੀ ਦਾ ਵਾਕ ਹੈ, ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਹੋ, ਬੀਚੇ ਅਟਕਿਓ ਚੀਤ। ਹੇ ਮਨ, ਮੈਨੂੰ ਜੇ ਪਿਆਰ ਨਾ ਫੁਰਦਾ ਤਾਂ ਇਸ ਦਾ ਲਾਭ ਕੀ ਕੁ ਹੁੰਦਾ? ਪ੍ਰੇਮ ਤਾਂ ਫੁਰਨਾ ਮਾੜਾ ਨਹੀਂ, ਪਰ ਮੈਨੂੰ ਹਉਮੈ ਅਤੇ ਮੋਹ ਨਾ ਫੁਰੇ। ਇਸ ਤਰ੍ਹਾਂ ਵਿਚਾਰ ਨਾਲ ਸਤਵੰਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਵਿੱਚ ਉਛਾਲਾ ਖਾਧਾ ਅਤੇ ਜੋ ਉਪਕਾਰ ਕੀਤਾ ਸੀ ਉਸ ਨੂੰ ਗੁਰੂ ਕੇ ਹੁਕਮ ਵਿੱਚ ਪੂਰਾ ਕਰਨਾ ਆਪਣਾ ਫਰਜ਼ ਸਮਝ ਲਿਆ। ਉਹ ਧੰਨ ਗੁਰੂ ਨਾਨਕ ਦੀ ਧੁਨ ਵਿੱਚ ਮਗਨ ਹੋ ਕੇ ਉੱਚੀ ਹੋ ਗਈ ਅਤੇ ਗੁਰਚਰਨਾਂ ਨੂੰ ਚੰਬੜ ਕੇ ਉਸ ਪ੍ਰੇਮ ਵਿੱਚ ਉਛਲੀ ਕਿ ਸਾਰੇ ਪਿਆਰ ਨੀਵੇਂ ਰਹਿ ਗਏ। ਕੁਝ ਦਿਨ ਸਤਵੰਤ ਕੌਰ ਉੱਥੇ ਰਹੀ ਔਰ ਫਾਤਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਣ ਇਸ ਨੂੰ ਚੜ੍ਹਾਈ ਗਈ ਹੈ ਕੀ ਅਸਰ ਕਰਦੀ ਹੈ। ਸੋ ਉਸਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ, ਫਾਤਮਾ ਦਾ ਸਿਦਕ ਦਿਨੋ ਦਿਨ ਤਰੱਕੀ ਕਰਦਾ ਹੈ, ਬਾਕੀ ਨਾਮ ਦਾ ਪ੍ਰੇਮ ਵੱਧ ਰਿਹਾ ਹੈ, ਈਰਖਾ ਮਾਨ ਛੱਡ ਗਏ ਹਨ, ਹਰ ਵੇਲੇ ਪ੍ਰਸੰਨ ਬਦਨ ਦਿਸਦੀ ਹੈ, ਬੋਲ ਮਿੱਠਾ ਹੋ ਗਿਆ ਹੈ ਅਤੇ ਦਿਲ ਦੀ ਜਮਾਂਦਰੂ ਕਰੜਾਈ ਘਟ ਰਹੀ ਹੈ। ਇੱਕ ਹੋਰ ਵਾਧਾ ਇਹ ਹੋਇਆ ਹੈ ਕਿ ਪੁੱਤਰ ਨੂੰ ਵੀ ਇਸੇ ਰਸਤੇ ਪਾਉਣੇ ਦੇ ਆਰ ਵਿੱਚ ਹੈ, ਉਸ ਨੂੰ ਤੜਕੇ ਉਠਾਉਂਦੀ ਹੈ ਔਰ ਬੇਨਤੀ ਕਰਨ ਦਾ ਵੱਲ ਸਿਖਾਉਂਦੀ ਹੈ। ਇੱਥੇ ਹੀ ਬਸ ਨਹੀਂ, ਪਤੀ ਦੇ ਕੰਨੀ ਕਈ ਵਾਰੀ ਇਹ ਗੱਲ ਵੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ, ਤੁਸੀਂ ਐਵੇਂ ਕਤਰਾ ਦਿੰਦੇ ਹੋ, ਜੇ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ, ਕਦੀ ਹਾਂ ਕਹਿ ਛੱਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿੱਚੋਂ ਖਬਰ ਆਉਂਦੀ ਹੈ ਤਦ ਖਾਂ ਗੱਲ ਕਰਦਾ ਹੈ ਔਰ ਕੁਝ ਵੱਧ ਘੱਟ ਕਹਿੰਦਾ ਹੈ। ਤਦ ਬੇਵਸੇ ਹੰਝੂ ਫਾਤਮਾ ਦੇ ਨੇਤਰਾਂ ਵਿੱਚ ਆ ਜਾਂਦੇ ਹਨ ਔਰ ਕਹਿੰਦੀ ਹੈ ਕਿ ਕਿਉਂ ਉਹਨਾਂ ਨੂੰ ਐਸਾ ਦੁੱਖ ਦਿੰਦੇ ਹੋ, ਭਲਾ ਜੇ ਕੋਈ ਸਾਨੂੰ ਆ ਕੇ ਇਸੇ ਤਰ੍ਹਾਂ ਸਾਡੇ ਘਰ ਵਿੱਚ ਦੁੱਖ ਦੇਵੇ
ਤਾਂ ਅਸੀਂ ਕਿੱਡਾ ਬੁਰਾ ਮੰਨੀਏ। ਇਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਦੇਸ਼ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੋਣ? ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੋਣ ਜਾ ਪਵੇ। ਹਰ ਦੇਸ਼ 'ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ। ਜਦੋਂ ਕੋਈ ਕਿਸੇ 'ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸਦੀ ਰੱਖਿਆ ਕਰਨ। ਕਿਸੇ ਦਾ ਘਰ ਖੋਣਾ, ਕਿਸੇ ਦਾ ਦੇਸ਼ ਖੋਣਾ ਇੱਕ ਬਰਾਬਰ ਪਾਪ ਕਰਮ ਹੈ। ਜੋ ਪਾਤਸ਼ਾਹ ਦੂਸਰੇ ਦੇਸ਼ ਨੂੰ ਗੁਲਾਮੀ ਵਿੱਚ ਪਾਉਂਦਾ ਹੈ, ਉਹ ਸਾਰੀ ਦੁਨੀਆ ਦੀ ਸਾਂਝੀ ਤਰੱਕੀ ਦੇ ਰਸਤੇ ਵਿੱਚ ਪੱਥਰ ਰੱਖ ਰਿਹਾ ਹੈ, ਅਰਥਾਤ ਮਨੁੱਖ ਮਾਤਰ ਨੂੰ ਅੱਗੇ ਵਧਣੋਂ ਰੋਕ ਰਿਹਾ ਹੈ। ਗੱਲ ਕੀ, ਇਸ ਪ੍ਰਕਾਰ 2 ਮਹੀਨੇ ਲੰਘ ਗਏ। ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਏ। ਸੋ ਤਿਆਰੀ ਕੀਤੀ, ਫਾਤਮਾ ਨੂੰ ਕਹਿ ਦਿੱਤਾ ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ? ਸ਼ੇਕੜ ਇੱਕ ਦਿਨ ਉਸ ਨੂੰ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁੱਪ ਕੀਤੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫਾਤਮਾ ਬਥੇਰੇ ਜ਼ੋਰ ਲਾ ਰਹੀ ਪਰ ਬੱਧੇ ਕਦੀ ਨਾ ਰਹਿ ਸਕੇ। ਪੰਛੀ ਤੇ ਦਰਵੇਸ਼, ਸਮਾਂ ਦਾਓ ਜਦ ਫੱਬ ਗਿਆ ਨਿਕਲ ਤੁਰੇ ਪਰਦੇਸ਼। ਸੋ ਇੱਕ ਦਿਨ ਰਾਤ ਦੇ 2 ਵਜੇ ਜਦ ਫਾਤਮਾ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਔਰ ਮਰਦਾਵਾਂ ਭੇਸ ਕਰਕੇ ਜੇਕਰ ਪਹਿਲੇ ਨਿਕਲੀ ਸੀ ਹੁਣ ਫੇਰ ਨਿਕਲ ਤੁਰੀ ਉਸ ਘਰ ਵਿੱਚੋਂ ਜਿੱਥੇ ਕੈਦ ਹੋ ਕੇ ਆਈ ਸੀ, ਜਿਨ੍ਹਾਂ ਨੂੰ ਕੈਦੋਂ, ਮੌਤੋਂ ਅਤੇ ਨਰਕੋਂ ਛੁਡਾ ਦਿੱਤਾ ਸੀ। ਸਤਵੰਤ ਕੌਰ ਸ਼ੇਕੜ ਦਾ ਗੁੱਛਾ ਅੰਗੂਰਾਂ ਦਾ ਛੱਕ ਕੇ ਆਪਣੇ ਰਸਤੇ ਪਈ। ਫਾਤਮਾ ਨੇ 200 ਮੋਹਰ ਔਰ ਹੋਰ ਮਾਲ ਮੱਤਾ ਇਸ 'ਤੇ ਅਰਪਣ ਕੀਤਾ ਹੋਇਆ ਸੀ ਜੋ ਇਹ ਲੈਂਦੀ ਨਹੀਂ ਸੀ, ਪਰ ਉਹ ਧਿੰਗੋ ਜੋਰੀ ਸੁੱਟ ਗਈ ਸੀ। ਸੋ ਸਭ ਕੁਝ ਪਿਆ ਛੱਡ ਕੇ ਕੇਵਲ ਆਪਣੇ 2 ਹੱਥ ਅਤੇ ਪੈਰਾਂ ਸਮੇਤ ਸਤਵੰਤ ਕੌਰ ਤੁਰ ਗਈ। ਇੱਥੋਂ ਨਿਕਲ ਕੇ ਸਤਵੰਤ ਕੌਰ ਦੱਬੇ ਪੈਰ ਉਸ ਕੰਦਰਾ ਵਿੱਚ ਅੱਪੜੀ ਜਿੱਥੇ ਮਹਾਤਮਾ ਰਹਿੰਦੇ ਸਨ। ਇਹ ਇੱਕ ਖੱਡ ਜਿਹੀ ਦੇ ਵਿੱਚ ਇੱਕ ਟਿੱਬੇ ਜੇ ਦੇ ਓਹਲੇ ਥਾਂ ਸੀ। ਅੰਦਰ ਵਾਰ ਲੰਘ ਕੇ ਹੇਰ ਫੇਰ ਦੇ ਮਗਰੋਂ ਇੱਕ ਖੁੱਲ੍ਹੀ ਥਾਂ ਸੀ, ਜਿਸ ਨੂੰ ਪਰਲੇ ਪਾਸੇ ਵੱਲੋਂ ਇੱਕ ਹੋਰ ਐਸਾ ਹੀ ਗੁਪਤ ਜਿਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਕੀ ਦੇਖਦੀ ਹੈ ਕਿ ਨਿੰਮਾ ਜਿਹਾ ਦੀਵਾ ਜਗ ਰਿਹਾ ਹੈ ਔਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ। ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲੀਆਂ, ਬੀਬੀ ਨੂੰ ਦੇਖ ਕੇ ਮੁਸਕਰਾਏ, ਫਿਰ ਬੋਲੇ, ਸੁਣਾ ਬੱਚੜਾ, ਗੁਰੂ ਕਾ ਕਾਰਜ ਸਵਾਰਾ ਹੀ ਹੈ। ਸਿਰ ਨਿਵਾ ਕੇ ਬਿਹਬਲਤਾ ਨਾਲ ਰੋ ਕੇ ਸਤਵੰਤ ਕੌਰ ਨੇ ਕਿਹਾ, ਮਹਾਰਾਜ ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ, ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿੱਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ। ਕਬੀਰ, ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੇ ਬਾਟ, ਆਪਣੇ ਭਾਰੈ ਨਾ ਡਰੈ, ਆਗੈ ਔ ਕੱਟ ਕਾਟ। ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ। ਇਹ ਉੱਤਰ ਸੁਣ ਕੇ ਆਪ ਨੇ ਪ੍ਰਸੰਨਤਾ ਪੂਰਵਕ ਕਿਹਾ, ਪੁੱਤਰੀ ਤੂੰ ਧੰਨ ਹੈ, ਤੇਰਾ ਜਨਮ ਧੰਨ ਹੈ, ਸਾਡੀ ਸਿੱਖਿਆ ਯਾਦ ਰੱਖੀ, ਭਾਵੇਂ ਪਰਮੇਸ਼ੁਰ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ ਬੰਦਗੀ ਨਹੀਂ ਛੱਡਣੀ ਅਤੇ ਪਰਮੇਸ਼ੁਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ, ਨਾਮ ਤੋਂ ਕਦੇ ਨਹੀਂ ਉੱਕਣਾ। ਕਲਯੁੱਗ ਵਿੱਚ ਇਹਨਾਂ ਦੋਹਾਂ ਸਾਧਨਾ ਬਿਨਾਂ ਸਾਧ ਮਾਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਨਾਨਕ ਭੈ ਵਿਣ ਜੋ ਮਰੇ ਮੋਹ ਕਾਲੈ ਉੱਠ ਜਾਏ। ਉਹ ਪਾਰਬ੍ਰਹਮ ਦਾ ਨਿਰਮਲ ਭਉ ਸੁੱਖਾਂ ਦਾ ਮੂਲ ਹੈ। ਅਕਸਰ ਮੱਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਜਾਂ ਖਿਆਲ ਕਰਕੇ ਕਿ ਆ ਗਏ ਹਾਂ ਨਿਡਰ ਅਤੇ ਗੁਸਤਾਖ ਹੋ ਜਾਂਦੇ ਹਨ। ਇਹ ਅਸਲ ਵਿੱਚ ਡਿੱਗਣ ਦੇ ਸਮਾਨ ਹੁੰਦੇ ਹਨ। ਉਸ ਵੇਲੇ ਇੱਕ ਅਤਿ ਸੂਖਮ ਹਉਮੈ ਅਵਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸਵੈ ਸਰੂਪ ਸਥਿਤ ਹਾਂ ਕਿ ਹਉਮੈ ਦੇ ਇੱਕ ਪਾਰਦਰਸ਼ਕ ਸੂਖਮ ਪਰਦੇ ਵਿੱਚ ਹਾਂ, ਜਿਸ ਪਰਦੇ ਨੂੰ ਮਹਾਰਾਜ ਨੇ ਭੰਬੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ। ਜਦ ਤੱਕ ਦੇ ਤਦ ਤੱਕ
ਕਰਤਾ ਪੁਰਖ ਦਾ ਅਦਬ ਰੱਖਣਾ ਅਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ। ਸਾਈਂ ਦਾ ਮੇਲ ਤਾਂ ਅਭੈਤਾ ਹੈ, ਪਰ ਹਉਮੈ ਸੂਖਮ ਵੀ ਵਿੱਥ ਦੀ ਨਿਸ਼ਾਨੀ ਹੈ। ਦੇਖੋ, ਜਿਸ ਇਸਤਰੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਹੁਕਮ ਹਾਸਲ ਕਰਾ ਦੇਵੇ, ਆਪ ਵੀ ਉਸ 'ਤੇ ਕਹੇ ਚੱਲੇ ਔਰ ਲਾਡ ਵੀ ਸਹਾਰੇ, ਉਸ ਪਟਰਾਣੀ ਦਾ ਧਰਮ ਤਦ ਵੀ ਅਦਬ ਹੈ, ਕਿਉਂਕਿ ਉਹ ਅਦਬ ਨੇ ਉੱਥੋਂ ਤੱਕ ਪਹੁੰਚਾਈ ਸੀ। ਜੇ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਵੀ ਜਾਵੇ, ਤਦ ਵੀ ਬੇਅਦਬੀ ਵਿੱਥ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿੱਚ ਹਉਮੈ ਹੁੰਦੀ ਹੈ। ਇਹ ਉਪਦੇਸ਼ ਸੁਣ ਕੇ ਸਤਵੰਤ ਕੌਰ ਨੇ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਕੀਤਾ ਔਰ ਕਿਹਾ ਕਿ ਮਹਾਰਾਜ ਜੀ, ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ, ਆਪ ਖੁਸ਼ੀ ਕਰੋ। ਗੁਰਮੁਖ ਜੀ ਨੇ ਕਿਹਾ, ਬੱਚੜਾ, ਜੋ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬਿਰਧ ਪੁਰਖ ਨਾਲ, ਜਿਨ੍ਹਾਂ ਦਾ ਨਾਂ ਲੱਦਾ ਸਿੰਘ ਹੈ, ਤਿਆਰਾ ਕੀਤਾ ਸੀ, ਸੋ ਠੀਕ ਹੈ, ਹੁਣ ਉਹ ਤਿਆਰ ਹੈ। ਤੁਹਾਡੀ ਭਾਲ ਬਹੁਤ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਓ, ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ, 15 ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ, ਅਸੀਂ ਵੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁੱਕਾ। ਕਾਬਲ ਦੀ ਸਿੱਖੀ ਨੂੰ ਦੇਖਭਾਲ ਸੰਭਾਲ ਲਿੱਤਾ ਹੈ, ਹੁਣ ਕੰਧਾਰ ਵੱਲ ਜਾਣਾ ਹੈ, ਫਿਰ ਚਿਮਨ ਦੇ ਰਸਤਿਓਂ ਅਸੀਂ ਮੁੜ ਕੇ ਪੰਜਾਬ ਅੱਪੜਾਂਗੇ। ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪਹੁ ਫੁੱਟ ਗਈ। ਬਾਬਾ ਲੱਦਾ ਸਿੰਘ ਵੀ ਆ ਪਹੁੰਚਾ। ਸੰਤਾਂ ਨੇ ਸਤਵੰਤ, ਜੋ ਇਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਖ ਵਿੱਚ ਸੀ, ਦੀ ਬਾਂਹ ਉਸਦੇ ਹੱਥ ਦੇ ਕੇ ਕਿਹਾ ਕਿ ਇਹਨਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ, ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤੱਕ ਤੁਸਾਂ ਵੀ ਉੱਥੇ ਹੀ ਰਹਿਣਾ। ਗੱਲ ਕੀ, ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ, ਅਰ ਤੁਰਨ ਦੀਆਂ ਤਿਆਰੀਆਂ ਲੱਗੀਆਂ ਹੋਣ। ਸਾਧੂ ਜਨ ਤਾਂ 2-4 ਦਿਨ ਮਗਰੋਂ ਕੰਧਾਰ ਪਧਾਰ ਗਏ ਅਤੇ ਇੱਧਰ ਟੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਔਰ ਵਕਤ ਨਿਯਤ ਹੋ ਚੁੱਕਾ ਸੀ, ਸੋ ਹੁਣ ਕੇਵਲ ਬੰਨ ਬਣਾ ਅਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰਦਾਵਾਂ ਸੀ ਔਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿੱਚ ਪ੍ਰਸਿੱਧ ਸੀ। ਬਾਬਾ ਲੱਦਾ ਸਿੰਘ ਹੁਰੀ ਉਂਝ ਹੀ ਉਸ ਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸ ਦੀ ਹੱਦੋਂ ਵੱਧ ਖਾਤਰ ਕਰਨ ਲੱਗ ਪਿਆ। ਆਦਰ ਪਾ ਕੇ ਉਹ ਸਿੰਘ ਦੀ ਪੁੱਤਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਔਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਬਿਰਧ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹ ਗਹੇ ਕੀ ਲਾਜ ਹੈ। ਮੈਂ ਨਿਕਰਮਣ ਤਾਂ ਐਸੀ ਮੰਦ ਭਾਗਣ ਹਾਂ ਕਿ ਪਸ਼ੂਆਂ ਵਾਂਗ ਵਿਕ ਗਈ ਅਤੇ ਗੁਲਾਮੀ ਵਿੱਚ ਪੈ ਗਈ। ਇਸ ਗੁਲਾਮੀ ਵਿੱਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਨ ਅਤੇ ਵਡਿਆਈ ਬਖਸ਼ੀ, ਕਿੰਨਾ ਕਿੰਨਾ ਬਿਪਤਾਂ ਵਿੱਚੋਂ ਕੱਢਿਆ, ਕੀ ਔਕੜਾਂ ਕੱਟੀਆਂ ਅਤੇ ਹੁਣ ਕਿਸ ਤਰ੍ਹਾਂ ਆਰਾਮ ਵਿੱਚ ਪਹੁੰਚਾ ਦਿੱਤਾ ਹੈ। ਮੇਰਾ ਇਸ ਵਿੱਚ ਕੁਛ ਨਹੀਂ ਹੈ, ਸ਼ੁਕਰ ਹੈ ਉਹ ਸੱਚੇ ਮਾਲਕ ਦਾ।